ਪੰਜਾਬੀਸਤਾਨ ਦੀ ਜਾਨਿਬ ਤੋਂ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਤਰਕ ਵੇਦ ਵਿੱਚੋਂ 6ਵੀਂ ਰਚਨਾ ਵਿਧਵਾਪਣ। 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਦੋਂ ਭਾਰਤ ਵਿੱਚ ਅੰਗਰੇਜ਼ਾਂ ਨੇ ਰਾਜਾ ਰਾਮ ਮੋਹਨ ਰਾਏ ਦੇ ਅੰਦੋਲਨ ਸਦਕਾ ਸਤੀ ਦੀ ਰਸਮ ਉੱਤੇ ਪਾਬੰਦੀ ਲਾ ਦਿੱਤੀ ਸੀ ਤਾਂ ਵਿਧਵਾਵਾਂ ਦੀ ਇੱਕ ਨਵੀਂ ਸਮਾਜਿਕ ਸ਼੍ਰੇਣੀ ਹੋਂਦ ਵਿੱਚ ਆਈ ਸੀ। ਬੰਗਾਲੀ ਨਾਵਲਕਾਰਾਂ ਨੇ ਉਸ ਸਮੇਂ ਦੀਆਂ ਵਿਧਵਾਵਾਂ ਦੇ ਜਿਹੜੇ ਦੁੱਖੜੇ ਪੇਸ਼ ਕੀਤੇ ਹਨ ਉਹਨਾਂ ਦੀ ਮਿਸਾਲ ਹੋਰ ਕਿਸੇ ਸਾਹਿਤ ਵਿੱਚ ਨਹੀਂ ਮਿਲਦੀ। ਦੂਰ ਜਾਣ ਦੀ ਲੋੜ ਨਹੀਂ, ਹਰ ਗਲੀ ਮੁਹੱਲੇ ਵਿੱਚ ਵਿਧਵਾਪਣ ਦੀ ਕਰੁਣਾਮਈ ਤਸਵੀਰ ਵੇਖਣ ਨੂੰ ਮਿਲ ਜਾਵੇਗੀ। ਰੰਡਿਆਂ ਦੇ ਮੁਕਾਬਲੇ ਵਿਧਵਾਵਾਂ ਦੀ ਗਿਣਤੀ 4 ਗੁਣਾ ਹੈ ਅਤੇ ਸਾਡੇ ਸਮੁੱਚੇ ਦੇਸ਼ ਵਿੱਚ 3 ਕਰੋੜ ਤੋਂ ਵੱਧ ਵਿਧਵਾਵਾਂ ਹਨ। ਪਤੀ ਦੀ ਉਮਰ ਪਤਨੀ ਤੋਂ ਜਿਤਨੀ ਵਧੇਰੇ ਹੋਵੇਗੀ ਅਕਸਰ ਉਤਨੀ ਹੀ ਜਲਦੀ ਉਹ ਔਰਤ ਵਿਧਵਾ ਹੋ ਜਾਵੇਗੀ। ਵਿਧਵਾਵਾਂ ਦੀਆਂ ਬੜੀਆਂ ਵੰਨਗੀਆਂ ਹਨ। ਇੱਕ ਉਹ ਹਨ ਜਿਨ੍ਹਾਂ ਦੇ ਪਤੀ ਮਰ ਜਾਂਦੇ ਹਨ, ਇੱਕ ਉਹ ਹਨ ਜਿਨ੍ਹਾਂ ਦੇ ਪਤੀ ਜਿਉਂਦੇ ਹੁੰਦੇ ਹਨ ਪਰ ਸਥਿਤੀ ਮਰਿਆਂ ਨਾਲੋਂ ਵਧੇਰੇ ਦੁਖਦਾਈ ਹੁੰਦੀ ਹੈ। ਰੂਸੀ ਅਖਾਣ ਅਨੁਸਾਰ ਫੌਜੀ ਦੀ ਪਤਨੀ ਨਾ ਵਿਧਵਾ ਹੁੰਦੀ ਹੈ ਨਾ ਸੁਹਾਗਣ। ਇਸਤਰੀਆਂ ਦੇ ਮੁਕਾਬਲੇ ਜੀਵਨ ਵਿੱਚ ਨਾ ਕੇਵਲ ਪੁਰਸ਼ਾਂ ਨੂੰ ਖਤਰੇ ਵਧੇਰੇ ਹੁੰਦੇ ਹਨ, ਉਹ ਖਤਰੇ ਸਹੇੜਦੇ ਵੀ ਵਧੇਰੇ ਹਨ। ਤੁਸੀਂ ਕਟੀਆਂ ਹੋਈਆਂ ਲੱਤਾਂ ਬਾਹਾਂ ਵਾਲੇ ਪੁਰਸ਼ ਵੇਖੇ ਹੋਣਗੇ ਪਰ ਅਜਿਹੀ ਇਸਤਰੀ ਸ਼ਾਇਦ ਹੀ ਕੋਈ ਵੇਖੀ ਹੋਵੇ। ਜੇ ਪਤਨੀ ਆਪਣੇ ਪਤੀ ਤੋਂ ਉਮਰ ਵਿੱਚ ਛੋਟੀ ਹੈ ਤਾਂ ਸੰਭਾਵਨਾ ਬਣੀ ਰਹਿੰਦੀ ਹੈ ਕਿ ਸਾਧਾਰਨ ਹਾਲਾਤਾਂ ਵਿੱਚ ਪਤੀ ਪਹਿਲਾਂ ਮਰ ਜਾਵੇਗਾ। ਸਾਡਾ ਸਮਾਜ ਪੁਰਸ਼ ਪ੍ਰਧਾਨ ਹੋਣ ਕਾਰਨ ਵਧੇਰੇ ਪੁਰਸ਼ ਅਕਸਰ ਹਾਦਸਿਆਂ, ਲੜਾਈਆਂ, ਜੰਗਾਂ, ਦੁਰਘਟਨਾਵਾਂ ਆਦਿ ਦਾ ਸ਼ਿਕਾਰ ਹੋ ਕੇ ਆਪਣੀਆਂ ਪਤਨੀਆਂ ਨੂੰ ਵਿਧਵਾ ਕਰ ਜਾਂਦੇ ਹਨ। ਸਭ ਤੋਂ ਵਧੇਰੇ ਦੁਖਦਾਈ ਅਵਸਥਾ 30 ਤੋਂ 40 ਸਾਲ ਦੀ ਉਮਰ ਵਿਚਕਾਰ ਵਿਧਵਾ ਬਣ ਜਾਣ ਵਾਲੀਆਂ ਔਰਤਾਂ ਦੀ ਹੁੰਦੀ ਹੈ। ਵਿਧਵਾ ਇਸਤਰੀ ਨੂੰ ਮੁੜ ਆਪਣੇ ਪੈਰਾਂ 'ਤੇ ਖਲੋਣ ਲਈ ਔਸਤਨ 8 ਸਾਲ ਦਾ ਸੰਤਾਪ ਭੋਗਣਾ ਪੈਂਦਾ ਹੈ। ਇਸ ਦੇ ਕਈ ਕਾਰਨ ਹਨ ਪਰ ਸਾਰੇ ਹੀ ਬਹੁਤ ਸਪਸ਼ਟ ਹਨ। ਕੁਦਰਤ ਵੱਲੋਂ ਹੀ ਔਰਤਾਂ ਦੀ ਉਮਰ ਪੁਰਸ਼ਾਂ ਦੇ ਮੁਕਾਬਲੇ ਲੰਮੀ ਹੁੰਦੀ ਹੈ, ਅਰਥਾਤ ਔਰਤਾਂ ਦੀ ਵੱਡੀ ਗਿਣਤੀ ਵਿਧਵਾ ਬਣਦੀ ਹੈ, ਜਿਸ ਦੇ ਅਰਥ ਇਹ ਹਨ ਕਿ ਲਗਭਗ ਹਰ ਔਰਤ ਨੂੰ ਧਿਆਨ ਦੀ ਘਾਟ, ਆਮਦਨ ਦੇ ਰੁੱਕ ਜਾਣ ਅਤੇ ਇਕੱਲਤਾ ਆਦਿ ਕਾਰਨ ਵਿਧਵਾਪਣ ਦੇ ਦੁੱਖੜੇ ਸਹਿਣੇ ਪੈਂਦੇ ਹਨ। ਆਦਤਨ ਹੀ ਹਰ ਸਮਾਜ ਵਿਧਵਾ ਪ੍ਰਤੀ ਅਵੇਸਲਾ ਹੋ ਜਾਂਦਾ ਹੈ। ਵਿਧਵਾ ਹੁੰਦਿਆਂ ਹੀ ਔਰਤ ਫਾਲਤੂ ਜਿਹੀ ਚੀਜ਼ ਪ੍ਰਤੀਤ ਹੋਣ ਲੱਗ ਜਾਂਦੀ ਹੈ ਅਤੇ ਹਰ ਵਿਧਵਾ ਨੂੰ ਉਸ ਦੀ ਉਮਰ ਦੇ ਅਨੁਪਾਤ ਵਿੱਚ ਵੱਖ ਵੱਖ ਢੰਗਾਂ ਨਾਲ ਤੰਗ ਕੀਤਾ ਜਾਂਦਾ ਹੈ। ਜਵਾਨੀ ਦੀ ਅਵਸਥਾ ਵਿੱਚ ਕਈ ਕਾਟੀ ਮਾਰ ਪੈਦਾ ਹੋ ਜਾਂਦੇ ਹਨ ਅਤੇ ਬੁਢਾਪੇ ਦੀ ਅਵਸਥਾ ਵਿੱਚ ਰਿਸ਼ਤੇਦਾਰਾਂ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਉਸ ਦੀ ਪੂੰਜੀ ਜਾਂ ਜਾਇਦਾਦ ਹਥਿਆਉਣ ਦੇ ਯਤਨ ਕੀਤੇ ਜਾਂਦੇ ਹਨ। ਪਰੰਪਰਾਗਤ ਸਮਾਜਾਂ ਵਿੱਚ ਇਸਤਰੀ ਲਈ ਪਤੀ ਉਸ ਦਾ ਸਮਾਜਿਕ ਸਿਰਨਾਵਾਂ ਅਤੇ ਆਰਥਿਕ ਛੱਤਰੀ ਹੁੰਦਾ ਹੈ। ਵਿਧਵਾਪਣ ਔਰਤ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸੰਕਟ ਹੁੰਦਾ ਹੈ। ਆਪਣੇ ਪਤੀ ਦੀ ਮੌਤ ਉਪਰੰਤ ਹਰ ਵਿਧਵਾ ਦਾ ਪ੍ਰਤੀਕਰਮ ਇਸ ਪੱਖ ਨੂੰ ਉਜਾਗਰ ਕਰਦਾ ਹੈ ਕਿ ਉਸ ਦੀ ਪਾਲਣਾ ਪੋਸਣਾ ਕਿਸ ਢੰਗ ਨਾਲ ਹੋਈ ਹੈ। ਕਈ ਤਾਂ ਡਿੱਗ ਹੀ ਪੈਂਦੀਆਂ ਹਨ ਅਤੇ ਕਈ ਤਿਲਕਦੀਆਂ ਤਾਂ ਹਨ ਪਰ ਸੰਭਲ ਜਾਂਦੀਆਂ ਹਨ। ਔਰਤ ਲਈ ਵਿਧਵਾ ਹੋਣਾ ਇੰਜ ਹੁੰਦਾ ਹੈ ਜਿਵੇਂ ਦੁਪਹਿਰ ਵੇਲੇ ਰਾਤ ਹੋ ਜਾਵੇ ਜਾਂ ਮੀਂਹ ਨਾਲ ਬਾਗ ਸੜ ਜਾਣ। ਉਹ ਇੱਕਦਮ ਸਦੀਵੀ ਉਦਾਸੀ ਦੇ ਖੂਹ ਵਿੱਚ ਉਤਰ ਜਾਂਦੀ ਹੈ ਅਤੇ ਉਸ ਦੀ ਸ਼ਖਸੀਅਤ ਦਾ ਇੱਕ ਹਿੱਸਾ ਸਦਾ ਲਈ ਮਰ ਜਾਂਦਾ ਹੈ। ਉਸ ਲਈ ਹਰ ਚੀਜ਼ ਦੇ ਅਰਥ ਬਦਲ ਜਾਂਦੇ ਹਨ, ਉਸ ਦੀ ਹਰ ਧੁੱਪ ਉੱਤੇ ਪਰਛਾਵਾਂ ਫਿਰ ਜਾਂਦਾ ਹੈ।
ਉਸ ਨੂੰ ਇੰਝ ਲੱਗਦਾ ਹੈ ਜਿਵੇਂ ਹੁਣ ਉਸ ਦੀ ਕਿਸੇ ਵੀ ਚਿੱਠੀ ਦਾ ਕਦੀ ਵੀ ਜਵਾਬ ਨਹੀਂ ਆਵੇਗਾ। ਉਹ ਅੰਬਰ ਅਤੇ ਤਾਰਿਆਂ ਨੂੰ ਹੋਰ ਨਿਗਾਹਾਂ ਨਾਲ ਵੇਖਦੀ ਹੈ। ਬੈਂਡ ਵਾਜੇ ਦੀ ਆਵਾਜ਼ ਉਸ ਨੂੰ ਕੰਬਾ ਦਿੰਦੀ ਹੈ ਅਤੇ ਉਹ ਹਾਸਿਆਂ, ਰੀਝਾਂ, ਚਾਵਾਂ ਅਤੇ ਸੁਪਨਿਆਂ ਦਾ ਮਲਬਾ ਬਣ ਕੇ ਰਹਿ ਜਾਂਦੀ ਹੈ। ਇੱਕ ਵਿਧਵਾ ਦੇ ਮਨ ਦੀ ਹਾਲਤ ਨੂੰ ਇੱਕ ਵਿਧਵਾ ਹੀ ਜਾਣ ਸਕਦੀ ਹੈ। ਵਿਧਵਾ ਬਣਨ ਉਪਰੰਤ ਔਰਤ ਨੂੰ ਆਪਣਾ ਜੀਵਨ ਨਵੇਂ ਸਿਰਿਓਂ ਵਿਉਂਤਣਾ ਪੈਂਦਾ ਹੈ। ਭਾਵਨਾਵਾਂ ਦੇ ਖੇਤਰ ਦੀਆਂ ਮੁਸ਼ਕਲਾਂ ਸਭ ਤੋਂ ਵੱਡੀ ਉਲਝਣ ਬਣਦੀਆਂ ਹਨ। ਇੱਕ ਵਿਧਵਾ ਦੀ ਮਾਨਸਿਕ ਸਥਿਤੀ ਅਤੇ ਭਾਵਕ ਸੰਤਾਪ ਨੂੰ ਕਿਸੇ ਵੱਲੋਂ ਸਮਝਣ ਦਾ ਅਜੇ ਯਤਨ ਨਹੀਂ ਕੀਤਾ ਗਿਆ। ਕੋਈ ਔਰਤ ਕਿਤਨੀ ਵੀ ਦਿਲ ਦੀ ਤਗੜੀ ਕਿਉਂ ਨਾ ਹੋਵੇ, ਕਿੰਨੀ ਵੀ ਤਰਕਸ਼ੀਲ ਕਿਉਂ ਨਾ ਹੋਵੇ, ਪਤੀ ਦੀ ਮੌਤ ਨਾਲ ਉਸ ਦਾ ਸਮੁੱਚਾ ਵਜੂਦ ਹਿੱਲ ਜਾਂਦਾ ਹੈ। ਉਸ ਦੀ ਦੁਨੀਆ ਵਿੱਚ ਭੁਚਾਲ ਆ ਜਾਂਦਾ ਹੈ। ਸਾਧਾਰਨ ਦੁੱਖ ਮਹਿਸੂਸ ਕਰਨ ਦੀ ਥਾਂ ਉਸ ਦੀ ਸਮੁੱਚੀ ਸ਼ਖਸੀਅਤ ਹੀ ਗਰਹਿਣ ਜਾਂਦੀ ਹੈ। ਉਸ ਦੇ ਨਸੀਬ ਵਿਗੜ ਜਾਂਦੇ ਹਨ, ਉਸ ਦੀ ਕਿਸਮਤ ਪਾਟ ਜਾਂਦੀ ਹੈ ਅਤੇ ਉਸ ਨੂੰ ਆਪਣਾ ਆਪ ਬੜਾ ਨਿਕੰਮਾ ਅਤੇ ਬੋਝਲ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਉਹ ਆਪਣੀਆਂ ਹੀ ਨਜ਼ਰਾਂ ਵਿੱਚ ਆਪ ਹੀ ਡਿੱਗ ਪੈਂਦੀ ਹੈ। ਅਸੀਂ ਹਰ ਮੁਸ਼ਕਲ ਬਰਦਾਸ਼ਤ ਕਰ ਸਕਦੇ ਹਾਂ, ਪਰ ਸ਼ਰਤ ਇਹ ਹੈ ਕਿ ਅਸੀਂ ਆਪਣੀਆਂ ਨਜ਼ਰਾਂ ਵਿੱਚ ਉੱਚੇ ਰਹੀਏ। ਮਰੇ ਪਤੀ ਨਾਲ ਸੰਬੰਧਾਂ ਕਿਸੇ ਮਿਤੀ, ਨਾਂ, ਥਾਂ, ਕੰਮ ਆਦਿ ਦੀ ਯਾਦ ਤੋਂ ਹੀ ਉਹ ਤ੍ਰਿਹਣ ਲੱਗ ਪੈਂਦੀ ਹੈ। ਅਰਥਾਤ ਉਹ ਹੌਲੀ ਹੌਲੀ ਸਵੈ ਮਾਣ ਗੁਆਚਣ ਉਪਰੰਤ ਸਵੈ ਵਿਸ਼ਵਾਸ ਵੀ ਗੁਆ ਬੈਠਦੀ ਹੈ ਅਤੇ ਹਰ ਵੇਲੇ ਉਸ ਨੂੰ ਮਹਿਸੂਸ ਹੁੰਦਾ ਹੈ, ਮੈਂ ਤਾਂ ਕੁਝ ਵੀ ਨਹੀਂ ਕਰ ਸਕਦੀ। ਉਹ ਦੁਨੀਆ ਦੇ ਮੇਲੇ ਵਿੱਚ ਭਟਕਣ ਉਪਰੰਤ ਗੁਆਚ ਜਾਂਦੀ ਹੈ। ਸਾਰੇ ਸਵਾਦ ਅਤੇ ਸਾਰੇ ਰੰਗ ਉਸ ਲਈ ਫਿੱਕੇ ਪੈ ਜਾਂਦੇ ਹਨ। ਉਹ ਰੰਗ ਦੇ ਯੱਕੇ ਤੋਂ ਬਦਰੰਗ ਦੁੱਕੀ ਬਣ ਜਾਂਦੀ ਹੈ। ਵਿਧਵਾਪਣ ਦੇ ਦੁੱਖ ਦਾ ਮੁੱਖ ਆਧਾਰ ਆਰਥਿਕ ਨਿਰਭਰਤਾ ਹੁੰਦਾ ਹੈ। ਭਾਵਕ ਨਿਰਭਰਤਾ ਦਾ ਦਰਜਾ ਦੂਜਾ ਹੁੰਦਾ ਹੈ। ਆਰਥਿਕ ਵਸੀਲਿਆਂ ਦੇ ਅਨੁਪਾਤ ਵਿੱਚ ਹੀ ਇੱਕ ਵਿਧਵਾ ਆਪਣੀ ਸਾਂਭ ਸੰਭਾਲ ਕਰ ਸਕਦੀ ਹੈ। ਆਰਥਿਕ ਵਸੀਲੇ ਨਾ ਹੋਣ ਕਾਰਨ ਵਿਧਵਾ ਦੀ ਇੱਛਾ ਹੁੰਦੀ ਹੈ ਕਿ ਉਹ ਵੀ ਮਰ ਜਾਵੇ ਅਤੇ ਕਈ ਵਾਰੀ ਉਸ ਨੂੰ ਇੰਝ ਲੱਗਦਾ ਹੈ ਜਿਵੇਂ ਉਸ ਦਾ ਸਰੀਰ ਸੁੰਨ ਹੋ ਗਿਆ ਹੋਵੇ। ਵਿਧਵਾ ਦਾ ਮੌਤ ਨਾਲ ਮੋਹ ਵੱਧ ਜਾਂਦਾ ਹੈ ਅਤੇ ਉਦਾਸ ਸੰਗੀਤ, ਗੀਤ, ਸਾਹਿਤ ਆਦਿ ਉਸ ਨੂੰ ਵਧੇਰੇ ਪ੍ਰਭਾਵਿਤ ਕਰਦੇ ਹਨ। ਉਹ ਕੁਝ ਹੀ ਦਿਨਾਂ ਵਿੱਚ ਬੁੱਢੀ ਹੋ ਗਈ ਅਨੁਭਵ ਕਰਦੀ ਹੈ ਅਤੇ ਉਸ ਦੀ ਗੱਲਬਾਤ ਅਤੇ ਵਰਤਾਰੇ ਵਿੱਚ ਅਕੇਵਾਂ ਅਤੇ ਥਕੇਵਾਂ ਵੱਧ ਜਾਂਦਾ ਹੈ, ਪਰ ਉਸ ਨੂੰ ਨੀਂਦ ਨਹੀਂ ਆਉਂਦੀ। ਸਾਧਾਰਨ ਵਿਅਕਤੀ ਅਨੁਭਵ ਨਹੀਂ ਕਰ ਸਕਦੇ ਕਿ ਨੀਂਦ ਨਾ ਆਉਣ ਦੀ ਸਥਿਤੀ ਵਿੱਚ ਵਿਧਵਾ ਉੱਤੇ ਕੀ ਬੀਤਦੀ ਹੈ। ਆਪਣੇ ਆਪ ਨੂੰ ਭੁਲਾਉਣ ਲਈ ਬਿਨਾਂ ਸਿਰ ਪੈਰ ਵਾਲੇ ਕੰਮਾਂ ਵਿੱਚ ਉਹ ਰੁੱਝ ਜਾਂਦੀ ਹੈ। ਡੁੱਲੇ ਹੋਏ ਪਾਣੀ ਵਾਂਗ ਜਿਸ ਪਾਸੇ ਨਿਵਾਣ ਮਿਲਦੀ ਹੈ ਉਹ ਉਸੇ ਪਾਸੇ ਵਹਿ ਜਾਂਦੀ ਹੈ। ਉਸ ਤੋਂ ਜੀਵਨ ਦੀ ਚੂਲ ਜਾਂ ਜ਼ਿੰਦਗੀ ਦਾ ਤੁਰਾ ਗੁਆਚ ਜਾਂਦਾ ਹੈ। ਵਿਧਵਾ ਹੋਣ ਉਪਰੰਤ ਔਰਤ ਦਾ ਸਮਾਜਿਕ ਰੁਤਬਾ ਹੋਰ ਘੱਟ ਜਾਂਦਾ ਹੈ। ਉਸ ਦੇ ਆਪਣੇ ਹੀ ਟੱਬਰ ਦੇ ਜੀਆਂ ਦੀ ਉਸ ਪ੍ਰਤੀ ਲਾਪਰਵਾਹੀ ਵੱਧ ਜਾਂਦੀ ਹੈ। ਵਿਧਵਾਵਾਂ ਆਪ ਅਨੁਭਵ ਕਰਦੀਆਂ ਹਨ ਕਿ ਹੱਸਣਾ, ਖੇਡਣਾ, ਗਾਉਣਾ ਉਹਨਾਂ ਨੂੰ ਸ਼ੋਭਦਾ ਨਹੀਂ। ਹਰ ਖੇਤਰ ਵਿੱਚ ਉਹ ਸੁੰਗੜ ਜਾਂਦੀਆਂ ਹਨ। ਹਰ ਭੈੜੀ ਗੱਲ ਲਈ ਉਹ ਆਪਣੇ ਆਪ ਨੂੰ ਦੋਸ਼ੀ ਸਮਝਦੀਆਂ ਹਨ। ਵਿਧਵਾ ਦਾ ਰੋਣਾ ਕੁਰਲਾਉਣਾ ਹੀ ਉਸ ਦੇ ਦੁੱਖ ਦਾ ਇਲਾਜ ਸਮਝਿਆ ਜਾਂਦਾ ਹੈ। ਆਸ ਕੀਤੀ ਜਾਂਦੀ ਹੈ ਕਿ ਉਹ ਸਾਰੀਆਂ ਇੱਛਾਵਾਂ ਨੂੰ ਕੁਚਲ ਦੇਵੇ, ਪਰ ਸਮੇਂ ਦੇ ਬੀਤਣ ਨਾਲ ਅਤੇ ਆਲੇ ਦੁਆਲੇ ਪ੍ਰਤੀ ਚਾਤ ਮਾਰਨ ਨਾਲ ਉਹ ਮਹਿਸੂਸ ਕਰਦੀ ਹੈ ਕਿ ਕੇਵਲ ਉਹ ਹੀ ਵਿਧਵਾ ਨਹੀਂ।
ਜਿਵੇਂ ਇੱਕ ਬਿਮਾਰੀ ਉਪਰੰਤ ਵਾਪਰਦਾ ਹੈ, ਉਹ ਹੌਲੀ ਹੌਲੀ ਆਪੇ ਵਿੱਚ ਮੁੜ ਆਉਂਦੀ ਹੈ ਅਤੇ ਆਪਣੀ ਦੁਰਦਸ਼ਾ ਨੂੰ ਉਹ ਇੱਕ ਚੁਣੌਤੀ ਸਮਝਦੀ ਹੈ। ਮਹਾਨ ਵਿਧਵਾਵਾਂ ਦੀ ਮਿਸਾਲ ਸਾਹਮਣੇ ਰੱਖ ਕੇ ਉਹ ਜੂਝਣ ਦਾ ਇਰਾਦਾ ਬਣਾਉਂਦੀ ਹੈ। ਆਪਣੇ ਮਨ ਦੀ ਵਹੀ ਵਿੱਚ ਝਾਤ ਮਾਰ ਕੇ ਉਹ ਅਨੁਭਵ ਕਰਦੀ ਹੈ ਕਿ ਸਾਰੀਆਂ ਸਾਮੀਆਂ ਅਤੇ ਆਸਾਂ ਉਮੀਦਾਂ ਡੁੱਬ ਨਹੀਂ ਗਈਆਂ। ਜ਼ਿੰਦਗੀ ਦਾ ਕਾਰੋਬਾਰ ਅਤੇ ਸਫ਼ਰ ਨਵੇਂ ਸਿਰਿਓਂ ਆਰੰਭਿਆ ਜਾ ਸਕਦਾ ਹੈ। ਜਿਸ ਵਿਧਵਾ ਨੂੰ ਆਪਣਾ ਸਮਾਂ ਬਿਤਾਉਣ ਲਈ ਆਮਦਨੀ ਵਾਲੇ ਰੁਝੇਵੇਂ ਅਤੇ ਆਪਣਾ ਦੁੱਖ ਪ੍ਰਗਟਾਉਣ ਦੇ ਅਵਸਰ ਮਿਲਦੇ ਰਹਿੰਦੇ ਹਨ, ਉਹ ਆਪਣੇ ਆਪ ਨੂੰ ਵਧੇਰੇ ਸੌਖ ਨਾਲ ਸੰਭਾਲ ਲੈਂਦੀ ਹੈ। ਕਈ ਵਿਧਵਾਵਾਂ ਆਪਣੇ ਬੱਚਿਆਂ ਲਈ ਪਿਓ ਬਣਨ ਦਾ ਵੀ ਯਤਨ ਕਰਕੇ ਦੋਹਾਂ ਪੱਖਾਂ ਤੋਂ ਨਾਕਾਮਯਾਬ ਹੁੰਦੀਆਂ ਹਨ। ਚਾਹੀਦਾ ਇਹ ਹੈ ਕਿ ਉਹ ਉਹਨਾਂ ਸਾਹਮਣੇ ਵਧੇਰੇ ਮਜ਼ਬੂਤ ਅਤੇ ਆਪਣੀ ਮਿਸਾਲ ਨਾਲ ਵਧੇਰੇ ਉਪਯੋਗੀ ਮਾਵਾਂ ਬਣਨ ਦਾ ਯਤਨ ਕਰਨ। ਪਿਓ ਦੇ ਮਰੇ ਹੋਣ ਬਾਰੇ ਬੱਚਿਆਂ ਨੂੰ ਦੱਸਣ ਦਾ ਕਾਰਜ ਮਾਂ ਨੂੰ ਆਪ ਕਰਨਾ ਚਾਹੀਦਾ ਹੈ, ਕਿਉਂਕਿ ਬੱਚਿਆਂ ਨੂੰ ਪਤਾ ਤਾਂ ਹੁੰਦਾ ਹੀ ਹੈ, ਪਰ ਉਹ ਆਪਣੀ ਸੂਚਨਾ ਨੂੰ ਪ੍ਰਮਾਣਿਕ ਬਣਾਉਣਾ ਚਾਹੁੰਦੇ ਹਨ ਅਤੇ ਅਸਲੀਅਤ ਜਾਣਨ ਉਪਰੰਤ ਇਹ ਵਿਸ਼ਵਾਸ ਪ੍ਰਾਪਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੇ ਪਿਤਾ ਵਾਂਗ ਮਾਂ ਉਹਨਾਂ ਨੂੰ ਛੱਡ ਕੇ ਨਹੀਂ ਜਾਵੇਗੀ ਅਤੇ ਸਦਾ ਉਹਨਾਂ ਨਾਲ ਰਹੇਗੀ। ਜਦੋਂ ਬੱਚੇ ਵੇਖਦੇ ਹਨ ਕਿ ਮਾਂ ਨੂੰ ਉਹਨਾਂ ਦੇ ਸਹਾਰੇ ਦੀ ਲੋੜ ਹੈ, ਤਾਂ ਬੱਚੇ ਤਗੜੇ ਹੋ ਜਾਂਦੇ ਹਨ ਅਤੇ ਉਸ ਦੀ ਸਭ ਤੋਂ ਵੱਡੀ ਢਾਲ ਬਣਦੇ ਹਨ। ਬੱਚਿਆਂ ਨੂੰ ਵੱਧਦੇ ਵੇਖ ਕੇ ਭਾਵਕ ਖੇਤਰ ਵਿੱਚ ਪਤੀ ਦੀ ਮੌਤ ਉਪਰੰਤ ਉਪਜੇ ਸੱਖਣੇਪਣ ਨੂੰ ਵਿਧਵਾ ਭਰਿਆ ਭਰਿਆ ਅਨੁਭਵ ਕਰਨ ਲੱਗ ਪੈਂਦੀ ਹੈ। ਬੱਚੇ ਵਿਧਵਾ ਲਈ ਭਵਿੱਖ ਦਾ ਉਜਾਲਾ ਹੁੰਦੇ ਹਨ, ਜਿਨ੍ਹਾਂ ਦੀ ਰੌਸ਼ਨੀ ਵਿੱਚ ਉਹ ਆਪਣਾ ਹਨੇਰਾ ਤਿਆਗ ਦੇਣ ਦੀ ਹਿੰਮਤ ਪ੍ਰਾਪਤ ਕਰਦੀ ਹੈ। ਜੇ ਪਿਤਾ ਜਿਉਂਦਾ ਹੋਵੇ ਤਾਂ ਵਿਧਵਾ ਜਲਦੀ ਹੌਸਲੇ ਵਿੱਚ ਆ ਜਾਂਦੀ ਹੈ। ਜੇ ਪਤੀ ਚੰਗਾ ਰਿਹਾ ਹੋਵੇ ਤਾਂ ਉਹ ਮੌਤ ਉਪਰੰਤ ਵੀ ਆਪਣੀ ਪਤਨੀ ਨੂੰ ਜ਼ਿੰਦਗੀ ਦੇ ਮੋਰਚੇ 'ਤੇ ਡਟ ਜਾਣ ਦਾ ਹੌਸਲਾ ਦਿੰਦਾ ਰਹਿੰਦਾ ਹੈ। ਜ਼ਿੰਦਾਬਾਦ।